ਅਮਰੀਕ ਸਿੰਘ ਬੜਿੰਗ ਫੇਸਬੁੱਕ ਪ੍ਰੋਫਾਈਲ ਤੇ ਆਪਦਾ ਛੋਟਾ ਸਾਹਿਬ ਦਾ ਸਵਾਗਤ ਹੈ ਜੀ। ਅੱਜ ਅਸੀਂ ਭਾਈ ਈਸ਼ਵਰ ਸਿੰਘ ਜੀ ਸ਼ੇਰਪੁਰ ਦੇ ਗ੍ਰਹਿ ਵਿਖੇ ਉਹਨਾਂ ਨੂੰ ਮਿਲਣ ਲਈ ਪਹੁੰਚੇ ਹਾਂ। ਜਿਹੜਾ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜਾ ਜੀ ਸੇਤਾ ਦੱਸੋ ਕਿਵੇਂ ਨੇ? ਹਾਂ ਬਹੁਤ ਚੜ੍ਹਦੀ ਕਲਾ ਜੀ, ਗੁਰੂ ਦੀ ਕਿਰਪਾ। ਜਿਹੜਾ ਜੀ ਤੁਹਾਨੂੰ ਪਤਾ ਹੈ ਵੀ ਜਿਹੜਾ ਦਸੰਬਰ ਦਾ ਮਹੀਨਾ ਜੀ ਇਹ ਕੁਰਬਾਨੀਆਂ ਭਰਿਆ ਮਹੀਨਾ ਸਾਰੇ ਸੰਸਾਰ ਦੇ ਲਈ। ਦੇਸ਼ ਦੇ ਵਿੱਚ ਗੁਰੂ ਸਾਹਿਬ ਦਾ ਪਰਿਵਾਰ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਪਰਿਵਾਰ ਇਹ ਸਮੇਂ ਦੌਰਾਨ ਜਿਹੜਾ ਹੈ ਉਸ ਸਮੇਂ ਦੀਆਂ ਮੁਗਲ ਸਰਕਾਰਾਂ ਨੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਤੇ ਉਹਨਾਂ ਦੀਆਂ ਕੁਰਬਾਨੀਆਂ, ਬੱਚਿਆਂ ਦੀਆਂ ਕੁਰਬਾਨੀਆਂ ਜਾਂ ਉਸ ਸਮੇਂ ਦੇ ਜਿਹੜੇ ਬਿਰਤਾਂਤ ਵਾਪਰੇ ਉਹਨਾਂ ਬਾਰੇ ਸਾਨੂੰ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿਓ। ਹਾਂਜੀ ਸਰ ਜੀ, ਜੋ ਕਿ ਹੈ ਸਿੱਖ ਇਤਿਹਾਸ ਇਸਦੀ ਨੀਂਹ ਸੱਚ ਤੇ ਆਧਾਰਿਤ ਹੈ। ਗੁਰੂ ਨਾਨਕ ਪਾਤਸ਼ਾਹ ਨੇ ਸੱਚ ਦਾ ਹੋਕਾ ਦਿੱਤਾ, ਸੰਸਾਰ ਨੂੰ ਜਗਾਇਆ, ਮਨੁੱਖੀ ਹੱਕਾਂ ਵਾਸਤੇ ਦੱਸਿਆ ਅਤੇ ਜੁਰਮਾਂ ਨੂੰ ਠੱਲ ਪਾਉਣ ਵਾਸਤੇ ਸੰਸਾਰ ਨੂੰ ਤਿਆਰ ਕੀਤਾ। ਤਦ ਦਸਵੇਂ ਪਿਤਾ, ਦਸਵੇਂ ਪਾਤਸ਼ਾਹ ਜਿਨ੍ਹਾਂ ਦੇ ਗੁਰੂ ਪਿਤਾ ਜੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੇ ਜੁਰਮ ਨੂੰ ਠੱਲਣ ਵਾਸਤੇ ਕਸ਼ਮੀਰ ਦੇ ਪੰਡਿਤਾਂ ਦਾ ਜੋ ਧਰਮ ਖੋਇਆ ਜਾ ਰਿਹਾ ਸੀ, ਜੁਲਮ ਹੋ ਰਿਹਾ ਸੀ, ਉਹਨਾਂ ਨੂੰ ਬਚਾਉਣ ਵਾਸਤੇ ਦਿੱਲੀ ਦੇ ਵਿੱਚ ਜਾ ਕੇ ਜਦੋਂ ਉਹਨਾਂ ਨੇ ਸ਼ਹੀਦੀ ਦਿੱਤੀ ਤਾਂ ਉਸ ਵਕਤ ਦੱਸ ਰਿਹਾ ਇਤਿਹਾਸ ਕਿ ਇੱਕ ਬਹੁਤ ਹਨੇਰੀ ਚੱਲੀ, ਇੱਕ ਦਿੱਲੀ ਨਹੀਂ ਉੱਥੇ ਕਈ ਦਿੱਲੀਆਂ ਇਕੱਠੀਆਂ ਹੋ ਗਈਆਂ। ਤਾਂ ਉੱਥੋਂ ਗੁਰੂ ਜੀਆਂ ਦਾ ਸੀਸ ਲੈ ਕੇ ਭਾਈ ਜੈਤਾ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਹੋਣ ਤੋਂ ਬਾਅਦ ਉਹਨਾਂ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ ਜੀ। ਉੱਥੇ ਸਰ ਜੀ ਜੋ ਗੁਰੂ ਦਸ਼ਮੇਸ਼ ਪਿਤਾ ਦੇ ਅੱਗੇ ਆ ਕੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ, ਤਾਂ ਗੁਰੂ ਜੀ ਕਹਿੰਦੇ ਉੱਥੇ ਕਿੰਨੇ ਕੁ ਲੋਕ ਸੀਗੇ? ਉਹ ਕਹਿੰਦੇ ਉੱਥੇ ਬਹੁਤ ਲੋਕ ਸੀ ਪਰ ਕਿਸੇ ਦੀ ਪਹਿਚਾਣ ਨਹੀਂ ਸੀ ਕਿ ਕੌਣ ਸਿੱਖ ਹੈ ਕੌਣ ਨਹੀਂ ਜੀ। ਤਦ ਫਿਰ ਦਸ਼ਮੇਸ਼ ਪਿਤਾ ਨੇ ਲਾਈ ਸਮਾਧੀ, ਸੋਚਿਆ ਤੇ ਕਿਹਾ ਕਿ ਮੈਂ ਇੱਕ ਖਾਲਸਾ ਪੰਥ ਦੀ ਸਾਜਨਾ ਕਰੂੰਗਾ ਜੀ, ਜੋ ਲੱਖਾਂ ਵਿੱਚ ਖੜੇ ਵੀ ਪਹਿਚਾਣਿਆ ਜਾਵੇਗਾ, ਜੋ ਜ਼ੁਲਮ ਅੱਗੇ ਡਟ ਜਾਵੇਗਾ, ਪਿੱਛੇ ਨਹੀਂ ਹਟੇਗਾ, ਆਪਣੀ ਜ਼ਿੰਦਗੀ ਵਾਰ ਦੇਵੇਗਾ। ਸੋ ਇੱਥੋਂ ਉਹ ਇੱਕ ਦਰਦ ਭਰੀ ਕਹਾਣੀ ਸ਼ੁਰੂ ਹੋਈ ਕਿ ਜਦੋਂ ਗੁਰੂ ਜੀਆਂ ਨੇ ਇਸ ਸ਼ਹੀਦੀ ਤੋਂ ਬਾਅਦ ਖਾਲਸਾ ਪੰਥ ਦੀ ਸਾਜਨਾ ਕੀਤੀ, ਫੌਜ ਤਿਆਰ ਕੀਤੀ ਖਾਲਸਾ, ਤਾਂ ਉੱਥੋਂ ਦੇ ਰਾਜਿਆਂ ਨੂੰ ਉਹ ਨਹੀਂ ਸੀ ਪਾਉਂਦੀ, ਉਹਨਾਂ ਨੇ ਗੁਰੂ ਜੀਆਂ ਨੂੰ ਉੱਥੋਂ ਅਨੰਦਪੁਰ ਸਾਹਿਬ ਤੋਂ ਛੱਡਣ ਲਈ ਅਨੰਦਪੁਰ ਸਾਹਿਬ ਨੂੰ ਆਪਣੀਆਂ ਸਾਜਿਸ਼ਾਂ ਘੜੀਆਂ ਜੀ। ਤੇ ਗੁਰੂ ਜੀਆਂ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਤੁਹਾਨੂੰ ਕੁਝ ਨਹੀਂ ਹਮਲਾ ਕਰਦੇ ਤੇ ਤੁਸੀਂ ਇੱਥੋਂ ਛੱਡ ਕੇ ਚਲੇ ਜਾਓ। ਉਹਨਾਂ ਨੇ ਝੂਠੀਆਂ ਕਸਮਾਂ ਖਾ ਕੇ ਜਦੋਂ ਗੁਰੂ ਜੀਆਂ ਨੇ ਅਨੰਦਪੁਰ ਸਾਹਿਬ ਛੱਡਿਆ ਤਾਂ ਝੂਠੀਆਂ ਕਸਮਾਂ ਖਾ ਕੇ, ਕਸਮਾਂ ਤੋੜ ਕੇ ਤੇ ਗੁਰੂ ਜੀਆਂ ਤੇ ਹੱਲਾ ਬੋਲ ਦਿੱਤਾ। ਤਾਂ ਉਸ ਜੁਰਮ ਭਰੀ ਦਾਸਤਾਂ ਦੇ ਵਿੱਚ ਉਸ ਸਫ਼ਰ ਵਿੱਚ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਇੱਕ ਪਾਸੇ ਅਤੇ ਵੱਡੇ ਸਾਹਿਬਜ਼ਾਦੇ ਅਤੇ ਗੁਰੂ ਜੀ ਇੱਕ ਪਾਸੇ, ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ। ਸਰਸਾ ਦੇ ਉੱਤੇ ਆ ਕੇ ਸਾਰਾ ਪਰਿਵਾਰ ਦਾ ਵਿਛੋੜਾ ਹੋਇਆ। ਉਹ ਦਰਦਾਂ ਭਰੀ ਕਹਾਣੀ ਮਸੂਮਾਂ ਦਾ, ਉਹ ਮਾਘ ਦੀਆਂ ਰਾਤਾਂ ਦੇ ਵਿੱਚ ਮਾਤਾ ਜੀ ਨੂੰ ਲੈ ਕੇ ਮਾਤਾ ਜੀ ਤੋਂ ਪੁੱਛ ਰਹੇ ਸਨ, ਮਾਤਾ ਜੀ ਸਾਡੇ ਪਿਤਾ ਜੀ ਕਿੱਥੇ ਨੇ, ਕਦੋਂ ਮਿਲਣਗੇ ਸਾਨੂੰ? ਤਾਂ ਮਾਤਾ ਜੀ ਛਾਤੀ ਨਾਲ ਲਾ ਕੇ ਉਹਨਾਂ ਨੂੰ ਦਰਾਸਾ ਦੇ ਰਹੇ ਸਨ ਕਿ ਬੇਟਾ ਆਪਾਂ ਛੇਤੀ ਹੀ ਮਿਲਾਂਗੇ। ਉੱਧਰ ਚਮਕੌਰ ਸਾਹਿਬ ਦੀ ਗੜੀ ਵਿੱਚ ਜਾ ਕੇ ਸਿੰਘਾਂ ਨੂੰ ਫਿਰ ਘੇਰਾ ਪੈ ਗਿਆ। ਉੱਥੇ ਗੁਰੂ ਸਾਹਿਬ ਸਿੰਘ ਜੀ ਕਈ ਦਿਨ ਦੇ ਭੁੱਖੇ, 40 ਸਿੰਘ ਤੇ ਗੁਰੂ ਦਸ਼ਮੇਸ਼ ਪਿਤਾ ਜੀ ਘੇਰੇ ਵਿੱਚ ਆਏ ਹੋਏ ਤੇ ਉਹ ਕਹਿ ਰਹੇ ਨੇ ਕਿ ਹਥਿਆਰ ਸਿੱਟੋ। ਨਹੀਂ, ਗੁਰੂ ਦਸ਼ਮੇਸ਼ ਪਿਤਾ ਆ ਪਰਮੇਸ਼ਰ ਕਹਿ ਰਹੇ ਨੇ, 40 ਸਿੰਘਾਂ ਦਾ ਕਮਾਂਡਰ ਕਹਿ ਰਿਹਾ, ਨਿਸ਼ਚੈ ਕਰ ਆਪਣੀ ਜੀਤ ਕਰੋ, ਮੈਂ ਸੱਚ ਦੇ ਵਾਸਤੇ ਆਪਣਾ ਪਰਿਵਾਰ ਵੀ ਵਾਰੂੰਗਾ ਤੇ ਸੱਚ ਨੂੰ ਪ੍ਰਗਟ ਕਰਾਂਗੇ, ਅਸੀਂ ਜ਼ੁਲਮ ਨੂੰ ਨਹੀਂ ਸਹਿ ਸਕਦੇ। ਸੋ ਉੱਥੇ ਵੱਡੇ ਸਾਹਿਬਜ਼ਾਦੇ ਦੋਨੇ, ਅਜੀਤ ਸਿੰਘ ਤੇ ਜਵਾਹਰ ਸਿੰਘ, ਅਣਖੀ ਦੇਸ਼ ਦੀ ਅਣਖ ਨੂੰ ਬਚਾਉਣ ਵਾਸਤੇ ਉੱਥੇ ਸ਼ਹੀਦੀਆਂ ਪਾ ਗਏ। ਇਹ ਪੰਜ ਸਿੰਘਾਂ ਨੇ ਗੁਰੂ ਜੀਆਂ ਨੂੰ ਬੇਨਤੀ ਕੀਤੀ
कि गुरु जी इस वक्त देश के उत्ते लोगों के उत्ते बहुत जुल्म हो रहा गा, तुसी इतों चमकौर गढ़ी चो चले जाओ, तुसी खालसा पंथ में फिर भी तैयार करी जाओगे तो तुहाडे बिना यह जुल्म नहीं छलना। तो गुरु जी ने इनकार करने उन्होंने सिंह ने हुक्म जारी करता कि पंज सिंह का हुक्म है गुरु जी। तो दशमेश पिता उतों ताड़ी मार के आनंदपुर साहब चो हिंदू का पीर चलिया तो आके माछी वाड़े के जंगलों में बैठ गए। उत्थे फिर बैठे अपने अतीत नू याद कर रहे सन माछी वाड़े के जंगलों के विच। इधरों भाई साहब जी वड्डे साहबजादे शहीद हो गए तो बाकी सिंह शहीद हो गए। छोटे साहबजाद ते माता जी नू जो 20-22 साल तो गुरु घर की सेवा विच गंगू सीगा, वो गंगू उन्हां नू लै गया कि गंगू उपर विश्वास किया माता जी ने कि इस घर के साडा रसोई हैगा, 20 साल का विश्वास पात्र आ, ते वो अपने घर लै गया। सतसंग जी फिर की होया कि एक लालच है जो मनुख नू उसके कीते तो विश्वास तो डेग दिंदा। माता जी की थैली देख के तो उस गंगू का भी मन पापी हो गया। उस पापी ने नेड़े थाने दे जा रिपोर्ट की ते माता जी नू ते साहबजादियां नू उत्थों गिरफ्तार करवा दिता। उस जुल्म दे विच सरहंद के सूबेदार ने साहबजादियां नू डलाउण दे लई अपने अहलकारां नू भेजा कि तुसीं जां तां मुसलमान बन जाओ, अपना धर्म छड्ड दिओ, नहीं तो फिर तैयार हो जाओ, तुहानू मार दिता जाऊगा। तां माता गुजरी जी बैठे किले दे विच साहबजादियां नू प्यार कर रहे ने, उन्हां नू तैयार कर रहे ने भी पुत्रो अपने दादे वांग अपने पिता जी वांग तुसी अणख नू कायम रखना है, दाग ना लगन दिओ, इन्हां मासूमां दे धर्म नू हीन नहीं करन देना, चाहे शहीदियां पा दिओ पर धर्म ना हार दिओ। वह गुरु दशमेश दे छोटे साहबजादे फिर गए सूबे दे दरबार विच। सूबे के अहलकारा ने उन्होंने कहा कि गेट नीवा करके कि तुसी सिर झुकाओ, अंदर जाने वास्ते गेट नीवा करता कि सूबेदार नू कहणगे कि भी मन गए भी ईन मन रहे ने, पर वो गुरु के लाडले अणखी वीर उन्होंने साहबजादिया ने पहला जुत्ती दिखाई उस दे विच गेट दे। अच्छा, फिर बाहर निकले ते उन्होंने पता सीगा कि भी ये साजना कर रहे ने, सानू नमाउण वास्ते ये साजना कर रहे ने। ते सूबेदार ने फिर गुरु रूप सतसंग जी फिर हंकार विच आके गुस्से विच आके भड़क के उन्हां मासूम जिंदा नू हुक्म कीता कि इन्हां मासूम जिंदा नू नीहां विच चिण दिओ। ਤਾਂ ਉਹਨਾਂ ਪਾਪੀ ਜ਼ੁਲਮ ਜ਼ਾਲਮਾਂ ਨੇ ਸਰ ਉੱਥੇ ਇੱਕ ਸਵਾਲ ਸੀਗਾ ਵੀ ਨਵਾਬ ਮਲੇਰਕੋਟਲਾ ਦਾ ਕੀ ਵੱਡਾ, ਹਾਂਜੀ ਹਾਂਜੀ ਉਹ ਦੱਸੋ। ਜਦੋਂ ਉਹਨਾਂ ਸੂਬੇਦਾਰ ਨੇ ਕਿਹਾ ਕਿ ਇਹਨਾਂ ਨੂੰ ਨੀਹਾਂ ਵਿੱਚ ਚਿਣ ਦਿਓ ਤੇ ਇਹਨਾਂ ਨੂੰ ਜਿਉਂਦਿਆਂ ਹੀ ਇੱਥੇ ਨੀਹਾਂ ਵਿੱਚ ਚਿਣ ਕੇ ਮਾਰ ਦਿਓ, ਤਾਂ ਸੂਬੇਦਾਰ ਸਰਹੰਦ ਸ਼ੇਰ ਖਾਂ ਨੇ ਮਲੇਰਕੋਟਲਾ ਨੇ ਸੂਬੇਦਾਰ ਨੂੰ ਕਿਹਾ ਕਿ ਸੂਬੇਦਾਰ ਜੀ ਇਹਨਾਂ ਮਾਸੂਮਾਂ ਦਾ ਕੀ ਕਸੂਰ ਹੈ, ਤੁਸੀਂ ਜਿਸ ਨਾਲ ਤੁਹਾਡੀ ਟੱਕਰ ਹੈ ਉਸ ਨੂੰ ਮਿਲ ਸਕਦੇ ਹੋ, ਲੜ ਸਕਦੇ ਹੋ, ਪਰ ਇਹ ਤਾਂ ਛੋਟੀਆਂ ਜਿੰਦਾਂ ਨੇ, ਇਹ ਤਾਂ ਕਹਿਰ ਹੋ ਜਾਊਗਾ, ਦੁਨੀਆਂ ਤੇ ਨੇਰ ਛਾ ਜਾਊਗਾ ਇਹਨਾਂ ਮਾਸੂਮਾਂ ਦਾ ਤੇ ਜੁਲਮ ਕਰਨਾ। ਤੇ ਪਰ ਉਹ ਹੰਕਾਰੀ ਜ਼ਾਲਮ ਨੇ ਇੱਕ ਸਰ ਉਹਦੇ ਵਿੱਚ ਇੱਕ ਸਵਾਲ ਇਹ ਸੀਗਾ ਵੀ ਨਵਾਬ ਮਲੇਰਕੋਟਲਾ ਦਾ ਜਿਹੜਾ ਭਰਾ ਸੀ ਨਾ ਉਹ ਗੁਰੂ ਸਾਹਿਬ ਦੇ ਹੱਥੋਂ ਸ਼ਹੀਦ ਹੋ ਗਿਆ। ਹਾਂਜੀ ਉਹ ਜੀ ਸੂਬੇ ਉਹੀ ਗੱਲ ਆਏਗੀ ਕਿ ਸੂਬੇਦਾਰ ਨੇ ਉਸਨੂੰ ਉਕਸਾਇਆ ਕਿ ਤੇਰੇ ਭਰਾ ਨੂੰ ਮਾਰਿਆ ਸੀਗਾ ਇਸ ਕਰਕੇ ਤੂੰ ਵੀ ਬਦਲਾ ਲੈ। ਤਾਂ ਉਹ ਉਸਨੇ ਕਿਹਾ ਵੀ ਨਹੀਂ, ਇਹ ਮਨੁੱਖਤਾ ਤੋਂ ਗਿਰੀਆਂ ਹੋਈਆਂ ਗੱਲਾਂ ਨੇ, ਸ਼ਰ੍ਹਾਂ ਦੇ ਵਿੱਚ ਇਹ ਸ਼ਰ੍ਹਾਂ 'ਚ ਨਹੀਂ ਆਉਂਦੀਆਂ, ਇਹ ਗੈਰ ਧਰਮੀ ਨੇ, ਸੋ ਮੈਂ ਭਰਾ ਦੇ ਬਦਲੇ ਵਾਸਤੇ ਇਹਨਾਂ ਮਾਸੂਮਾਂ ਨੂੰ ਮੈਂ ਨਹੀਂ ਕੁਛ ਕਹਿ ਸਕਦਾ। ਸੋ ਉਹ ਹਾਦਾ ਨਾਰਾ ਉਹਨਾਂ ਨੇ ਮਾਰਿਆ, ਪਰ ਉਹ ਜ਼ਾਲਮ ਨੇ ਕਿਸੇ ਦੀ ਇੱਕ ਨਾ ਸੁਣੀ, ਉਹਨਾਂ ਨੂੰ ਜਿਉਂਦਿਆਂ ਹੀ ਨੀਹਾਂ ਦੇ ਵਿੱਚ ਚਿਣ ਦਿੱਤਾ ਵਾਹਿਗੁਰੂ ਉਹਨਾਂ ਦੇ ਜਲਾਦਾਂ ਨੇ। ਤਾਂ ਕੀ ਹੋਇਆ, ਜਿਨ੍ਹਾਂ ਜਿਨ੍ਹਾਂ ਸੰਸਾਰ ਦੇ ਵਿੱਚ ਪਤਾ ਲੱਗਿਆ ਤਾਂ ਜ਼ੁਲਮ ਦੀ ਹਨੇਰੀ ਝੁਲ ਗਈ, ਤਾਂ ਸਾਰੇ ਸੰਸਾਰ ਦੇ ਲੋਕਾਂ ਨੇ ਹਾਹਾਕਾਰ ਮਚੀ। ਉਸ ਸ਼ਹਿਰ ਦੇ ਲੋਕਾਂ ਨੇ ਕਿਸੇ ਨੇ ਰੋਟੀ ਨਹੀਂ ਖਾਧੀ, ਸਾਰਿਆਂ ਨੇ ਉਹ ਬਹੁਤ ਵੱਡੇ ਦੁੱਖ ਦੇ ਵਿੱਚ ਅਫਸੋਸ ਕੀਤਾ। ਸੋ ਫਿਰ ਕੀ ਸੀ, ਇੱਧਰ ਗੁਰੂ ਜੀ ਮਾਛੀ ਵਾਲੇ ਜੰਗਲਾਂ ਵਿੱਚ ਹੁੰਦੇ ਹੋਏ ਪਰਿਵਾਰ ਨੂੰ ਸਾਰੇ ਨੂੰ ਵਾਰ ਕੇ ਨੂਰੇ ਮਾਹੀ ਨੂੰ ਜੋ ਗੁਰੂ ਦਾ ਸੇਵਕ ਸੀ ਉਹਨੂੰ ਕਿਹਾ, ਨੂਰਿਆ
तू पता कर माता जी का ते साहबजादों का, तां नूरा माही गुरु का सिख जाके पता करदा। ते जो पता लगता कि माता जी भी शरीर छड गए ने ते साहबजादे भी नीहां विच दित्ते गए ने, तां उह आके गुरु जी अगे पहुंचा। तां गुरु जी दे सामने धाहां मार के रोंदा, गुरु जी जुर्म हो गया, मैं तो दस्या नहीं जा रहा उन्हां मासूमां नूं, नीहां विच चिण के इन्होंने कतल कर दिता जालमां ने, ते माता जी भी संसार नूं छड गए ने। तां गुरु जी बैठे उस अकाल पुरख दी रजा दे विच कह रहे ने कि नूरे अज इस जुल्म दी नींह पट्टी गई, इक तीर नाल काही पट के कहिंदे एदू वड्डा जुल्म संसार च कोई नहीं होना जिहड़ा इन्होंने मासूमां ते भी एडा जुल्म कीता है। सो ये गुरु जी दी दे वाक सी जुल्म दे विरुद्ध, कि मुगल राज दा अंत भी फिर ऐसा होया कि मासूमां दी कुरबानी अते जनता दा आदा नारा उन्हां नूं उन्हां दी नहीं पट गया ते हमेशा लई खत्म कर गया। उस तो बाद सर गुरु साहब जिहड़े ने फिर मालवे दी धरती वल उन्हां ने, हां जी हां, फिर उस तो बाद जी ओह मालवे वल नूं गए। तां जिहड़े कुछ सिंह सीगे जदों अगे जाके लड़ाई हुई घेरा पिया जुल्म दे विरुद्ध, तां कुछ सिंघां ने बेदावा लिख दिता, 40 जिहड़े बुक्त 40 सिंघां ने गुरु जी नूं बेदावा लिख के घर आ गए। ते जदों पता लग्या माई भागो होरां नूं ते के गुरु जी नूं तुसी क्यों आ गए, कहिंदे असीं तां बेदावा लिखिया है। ते उत्थे बीबियां ने माई भागो होरां ने कहा तुसी लो चुन्नियां लो ते जनानियां बन के अंदर बैठ जाओ, ते तुसी पापियो गुरु दशमेश पिता नूं जिन्हां दे पिता जी साहिबजादे वड्डे साहिबजादे छोटे ज्यौंदे नीहां विच चिण दित्ते गए, ते माता जी भी इस संसार नूं अलविदा कह गए, तुसीं उस गुरु नूं बेदावा लिखिया है। उन्हां नूं ज्यों ऐसी फटकार मारी ते माई भागो आप कहिंदी मैं असीं आप लड़ांगे जंग नाल, तां उन्हां दी भी आत्मा जागी, उन्हां ने भी जाके अगे गुरु तो बेदावा पड़वाउण दी कोशिश कीती, तां जाके पेश होए मुक्तसर साहिब दी धरती दे उत्ते। ते उत्थे गुरु जी मुक्तसर दी धरती विच जा रहे सी, तां सिंघ पेश हो गए 40 सिंघ जाके भाई महां सिंघ दी अगवाई दे विच कि गुरु जी सानू तुसी माफ कर दिओ। ओह कहिंदे नहीं भई तुसी जंग विच लड़ो। ते ओह कहिंदे जी असीं जंग विच तां लड़ांगे, सारा कुछ समर्पित कर देंगे, पर साडे आ बेदावे ਜਿਹੜਾ ਇਤਿਹਾਸ ਦੇ ਵਿੱਚ ਸਾਡਾ ਕਲੰਕ ਲੱਗ ਗਿਆ, ਸਾਨੂੰ ਇਸ ਤੋਂ ਬਰੀ ਕਰੋ ਜੀ। ਤੇ ਫਿਰ ਗੁਰੂ ਜੀ ਨੇ ਪਰਉਪਕਾਰੀ ਗੁਰੂ ਸੀ, ਵੱਡੇ ਵੱਡੇ ਗੁਨਾਹ ਵੀ ਮਾਫ਼ ਕਰਨ ਵਾਲੇ ਸੀ, ਸੰਸਾਰ ਨੂੰ ਬਚਾਉਣ ਵਾਲੇ, ਤੇ ਉਹਨਾਂ ਨੇ ਭਾਈ ਮਹਾਂ ਸਿੰਘ ਨੂੰ ਗੋਦ ਵਿੱਚ ਲਿਆ ਤੇ ਉਹਨਾਂ ਦਾ ਬੇਦਾਵਾ ਪਾੜ ਦਿੱਤਾ, ਤੇ ਉੱਥੇ ਸਿੰਘ ਸ਼ਹੀਦ ਹੋ ਗਏ। ਸੋ ਗੁਰੂ ਜੀ ਗੁਰੂ ਰੂਪ ਸਾਧ ਸਿੰਘ ਜੀ ਉਹ ਇਤਿਹਾਸ ਸੰਸਾਰ ਦੇ ਵਿੱਚ ਕਿਤੇ ਨਹੀਂ ਹੈ ਕਿ ਕਿਸੇ ਕੋਈ ਮਸੂਮਾਂ ਦੇ ਉੱਤੇ ਜ਼ੁਲਮ ਕਰੇ, ਕਿਸੇ ਨੇ ਆਪਣੇ ਪਰਿਵਾਰ ਦਾ ਇੱਕ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸ਼ਹੀਦ ਕਰ ਦਿੱਤਾ ਹੋਵੇ। ਪੰਜਾਬ ਦੀ ਧਰਤੀ ਵਿੱਚ ਚੱਪੇ ਚੱਪੇ ਉੱਤੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਦੀਵਾਨ ਲੱਗਦੇ ਨੇ। ਇਸ ਦਸੰਬਰ ਮਹੀਨੇ ਦੇ ਵਿੱਚ ਪੋਹ ਮਹੀਨੇ ਦੇ ਵਿੱਚ ਗੁਰੂ ਸਾਧ ਸਿੰਘ ਜੀ ਪ੍ਰਸ਼ਾਦਾ ਨਹੀਂ ਛਕਦੀ ਜਨਤਾ, ਉਹਨਾਂ ਦੇ ਗਮ ਦੇ ਵਿੱਚ ਜਾ ਕੇ ਰਹਿੰਦੇ ਨੇ, ਤੇ ਜੋ ਫਤਿਹਗੜ੍ਹ ਸਾਹਿਬ ਜੋ ਜੋੜ ਮੇਲਾ ਮਨਾਉਂਦੇ ਨੇ ਸਾਰੀ ਸਾਰੀ ਰਾਤ 3 ਰਾਤਾਂ ਉੱਥੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਂਦਾ, ਗੁਰੂ ਦਾ ਇਤਿਹਾਸ ਯਾਦ ਕੀਤਾ ਜਾਂਦਾ, ਉਹ ਦੁੱਖਾਂ ਭਰੀਆਂ ਕਹਾਣੀਆਂ ਜੋ ਦਸ਼ਮੇਸ਼ ਪਿਤਾ ਦੇ ਪਰਿਵਾਰ ਨਾਲ ਵਾਪਰੀਆਂ, ਜਿਨ੍ਹਾਂ ਨੇ ਸੰਸਾਰ ਨੂੰ ਉਤਾਰਨ ਵਾਸਤੇ ਆਪਣਾ ਸਰਬੱਤ ਸਵਾਰ ਦਿੱਤਾ, ਸਭ ਕੁਝ ਵਾਰ ਦਿੱਤਾ, ਉੱਥੇ ਸੰਸਾਰ ਦੇ ਕੋਨੇ ਕੋਨੇ ਵਿੱਚੋਂ ਆ ਕੇ ਗੁਰਸਿੱਖ ਅਤੇ ਜੋ ਇਮਾਨਦਾਰ ਲੋਕ ਨੇ ਸੱਚੇ ਸੁੱਚੇ ਨੇ ਆ ਕੇ ਉੱਥੇ ਨਮਸਕਾਰਾਂ ਕਰਦੇ ਨੇ, ਸਿਰ ਝੁਕਾਉਂਦੇ ਨੇ, ਤੇ ਗੁਰੂ ਆ ਕੇ ਹਾਜ਼ਰ ਜਵਾਉਂਦੇ ਨੇ। ਗੁਰੂ ਸਾਧ ਸਿੰਘ ਜੀ ਤਹਿਰ ਜੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਬਹੁਤ ਵਿਸਥਾਰ ਸਹਿਤ ਜਿਹੜਾ ਤੁਸੀਂ ਇਸ ਇਤਿਹਾਸ ਬਾਰੇ ਜਿਹੜਾ ਜਾਣਕਾਰੀ ਦਿੱਤੀ। ਮੈਂ ਦਰਸ਼ਕਾਂ ਨੂੰ ਬੇਨਤੀ ਕਰਦਾ ਜਿਹੜਾ ਇਹ ਤੇ ਲਾਭ ਉਠਾਇਓ, ਇਹਨੂੰ ਪੂਰੀ ਵੀਡੀਓ ਇਹ ਸੁਣਿਓ, ਸੁਣਨ ਯੋਗ ਹੈ ਕਿ ਤੁਹਾਡਾ ਹੱਕ ਵੀ ਬਣਦਾ ਹੈ ਕਿਉਂਕਿ ਕੁਰਬਾਨੀਆਂ ਦਾ ਮਹੀਨਾ ਹੈ। ਤੋ ਮੇਰਾ ਜਿਹੜਾ ਚੈਨਲ ਹੈ ਅਮਰੀਕ ਸਿੰਘ ਬਰਿੰਗ, ਇਹਨੂੰ ਲਾਈਕ ਕਰਿਓ, ਕਮੈਂਟਸ ਕਰਿਓ ਤੇ ਸ਼ੇਅਰ ਕਰਿਓ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।